ਉਹ ਚੰਨ ਮੇਰੇ ਮੱਖਣ ਤੇ ਹਸਬਲ ਇੱਕ ਬਨ ਰਹੀ ਤਨੀ ਬਦਰ ਤੇਰਾ ਬਹੁਤ ਹੋ ਜਾਣਾ ਯਾਰ ਉਹ ਮੇਰਾ ਫੈਨ ਫੈਸਲ ਕੀ ਹੋ ਛੇਤੀ ਲੈ ਯਾ ਮੈਂ ਇੱਕ ਮਿੰਟ ਬਰਾਤ ਤੇ ਆ ਰਹਾ ਤੇ ਬੁੜੇ ਨੇ ਬੋਲਣਾ ਵਾ ਫੈਸਲ ਤੇਰਾ ਫੈਨ ਬਹੁਤਾ ਵਾ ਤੂੰ ਮੈਨੂੰ ਕਹੀ ਜਾਂਦਾ ਵਾ ਇੱਕ ਮਿੰਟ ਤੇਰਾ ਹਾਂ ਨਾ ਮੇਰਾ ਤੂੰ ਮੈਨੂੰ ਲੈ ਕੇ ਕਿੱਧਰ ਫੜਨਾ ਤੈਨੂੰ ਪਤਾ ਬਰਾਤ ਰੈਡੀ ਆ ਤੇ ਬੁੜੇ ਨੇ ਗਾਲਾਂ ਕੱਢਣੀਆਂ ਮੈਂ ਫੈਸਲ ਤੈਨੂੰ ਮੈਂ 6 ਸਲੌਨ ਤੇ ਲੈ ਕੇ ਜਾ ਰਿਹਾ ਉੱਥੇ ਵੱਡੇ ਵੱਡੇ ਲੋਕ ਆਉਂਦੇ ਆ ਸੋਹਣੀ ਗੱਲ ਪਤਾ ਕੀ ਆ ਮੈਂ ਚਾਹੁੰਦਾ ਵਾਂ ਕਿ ਮੈਂ ਐਡਾ ਸੋਹਣਾ ਮੈਂ ਲਾੜਾ ਲਗਾ ਸੁਲਤਾਨ ਰਹੀ ਵਰਗਾ ਲਗਾ ਮੈਂ ਨਾਲ ਇੱਕ ਨਾ ਸੋਹਣਾ ਲਗਾ ਸੁਤਾਰੀ ਸਾਹਿਬ ਸੋਹਣੇ ਨਹੀਂ ਸਨ ਐਡੇ ਸੋਹਣੇ ਬਹੁਤ ਸੋਹਣੇ ਸੀ ਜਵਾਨ ਉਂਝ ਤਾਂ ਮੈਂ ਲੱਗਣਾ ਜਿਹਦਾ ਰੰਗ ਮੇਰਾ ਨਾ ਆਂਡੇ ਤਰ੍ਹਾਂ ਰੰਗ ਹੋਵੇ ਸੋਹਣੀ ਮੈਂ ਤੈਨੂੰ ਕਹਿਣ ਡਿਆ ਹੀ ਠੀਕ ਆ ਤੇ ਨੱਕ ਨਾ ਥੋੜਾ ਜਿਹਾ ਉਹਨੂੰ ਕੀ ਛੋਟਾ ਕਰ ਦੇਵੇ ਮੇਰਾ ਨਾ ਨੱਕ ਤੇਰਾ ਛੋਟਾ ਹਾਂ ਯਾਰ ਤੈਨੂੰ ਪਹਿਲੇ 10 ਮਿੰਟ ਕਸਾਈ ਕੋਲ ਆ ਜਾ ਮੈਂ ਉਥੋਂ ਇੰਨਾ ਕਲਵਾ ਲੈਣਾ ਇਹ ਛੋਟਾ ਨਹੀਂ ਹੋਣਾ ਇਹ ਚਿੱਟਾ ਹੋ ਸਕਦਾ ਵਾ ਬੁੜੇ ਨੇ ਬੋਲਣਾ ਹਾਂ ਤੈਨੂੰ ਪਤਾ ਉਹ ਜਲਦੀ ਕਰ ਹਾਂ ਜਲਦੀ ਮੈਂ ਵੀ ਤਰ ਰਹੀ ਪੌਂਥੇ ਮੈਂ ਕੰਮ ਤੇ ਆ ਰਿਹਾ ਸਾਰਾ ਤੈਨੂੰ ਆਪਣੀ ਪੈ ਗਈ ਬੂਟੀ ਵਿਚਾਰੀ ਕੀ ਸੋਚਦੀ ਹੋਏਗੀ ਮੇਰੇ ਸਰਤਾਜ ਹਜੇ ਤੱਕ ਨਹੀਂ ਆਏ ਤੂੰ ਗਾਲਾਂ ਗਾਂਦੀ ਜਾਏਗੀ ਹੈ ਯਾਰ ਗੱਲ ਤੇ ਸੁਣ ਲੈ ਉਹ ਤੇਰੀ ਸੁਣਨ ਡਿਆ ਮੈਂ ਮੈਨੂੰ ਨਾ ਕਿ ਦੱਸੜਦੀ ਤੂੰ ਤੇ ਕਿਹਾ ਬੜਾ ਵੱਡਾ ਹੈਗਾ ਵਾ ਜਿੱਥੇ ਲਾੜੇ ਤਿਆਰ ਕਰਦੇ ਆ ਸ਼ੀਸ਼ਿਆਂ ਵਾਲਾ ਦਫ਼ਤਰ ਇਹ ਉਹ ਆ ਮੈਨੂੰ ਤੂੰ ਕਿੱਥੇ ਲੈ ਆਇਆ ਮੁਰਗੀ ਖਾਨੇ ਲੈ ਆਇਆ ਪਰ ਹੀਰਾ ਕਿੱਥੋਂ ਲੱਭਦਾ ਮੰਡੀਆਂ ਉਹ ਜਿਹੜੇ ਉਹ ਜੋਰੀ ਉਹ ਜਿਹੜੇ ਉਹ ਮੇਰਾ ਫੁਆਦ ਯਾਰ ਹੈਗਾ ਵਾ ਜਿਹੜਾ ਉਹ ਕੋਈ ਲੱਭਦਾ ਵਾ ਉਹ ਹੀਰਿਆਂ ਦਾ ਕੰਮ ਕਰਦੇ ਹੀ ਸੋਨੇ ਦਾ ਕੰਮ ਕਰਦੇ ਹੀ ਉਹਨਾਂ ਦਾ ਤੂੰ ਜਗ੍ਹਾ ਨਾ ਦੇਖ ਤੂੰ ਅੰਦਰ ਉਹਨਾਂ ਦਾ ਕੰਮ ਦੇਖ ਆ ਕੇ ਸਾਜੀ ਜੀ ਮੈਂ ਸਦਕੇ ਸਾਜੀ ਕਿਤੋਂ ਬ੍ਰਾਂਚ ਓਪਨ ਹੋਣੀ ਸਾਡੀ ਅਗਲੀ ਇਹ ਬੇਟੇ ਓਪਨ ਹੀ ਅਛਾ ਅਗਲੀ ਹਾਂ ਸਾਜੀ ਅਗਲੀ ਓਪਨ ਕਰੋ ਨਾ ਮੈਂ ਤੁਹਾਨੂੰ ਪਤਾ ਵਾ ਵੀ ਮੇਰਾ ਵੀ ਦਿਲ ਕਰਦਾ ਹੁਣ ਆਪਣਾ ਕਾਰੋਬਾਰ ਕਰਨ ਨੂੰ ਆ ਕਰੋਨਾ ਨਾ ਹੁੰਦਾ ਦੋਸਤਾ ਹਾਂ ਤੇ ਫਿਰ ਕੀ ਹੁਣ ਫੁੱਟਬਾਲ ਹੋਣਾ ਸਾਡੇ ਅਗਲੀ ਬ੍ਰਾਂਚ ਕੀ ਮੋਸਟ ਤੋਂ ਅਗਲੀ ਵੀ ਉਸ ਤੋਂ ਅਗਲੀ ਵੀ ਉਸ ਤੋਂ ਅਗਲੀ ਵੀ ਓਪਨ ਕਰ ਲੈਣੇ ਸੀ ਕਰੋਨਾ ਲੈ ਕੇ ਬਹਿ ਗਿਆ ਯਾਰ ਸਾਜੀ ਕਰੋਨਾ ਦਾ ਤਾਂ ਐਵੇਂ ਬਹਾਨਾ ਜੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮਾਸ਼ਾਅੱਲਾ ਤੁਸੀਂ ਵੇਖੋ ਹੁਣ ਇੰਨੀ ਤਰੱਕੀ ਕਰ ਗਏ ਤੁਸੀਂ ਕਿੱਥੋਂ ਤੁਸੀਂ ਮੌਤ ਦੇ ਖੂਹ ਦੇ ਜਿਹੜੇ ਇੰਜੀਨੀਅਰ ਤਿਆਰ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਤੁਸੀਂ ਹੁਣ ਇੱਥੇ ਆ ਗਏ ਹੁਣ ਮਾਸ਼ਾਅੱਲਾ ਤੁਸੀਂ ਦੂਲੇ ਤਿਆਰ ਕਰਨ ਲੱਗ ਪਏ ਦੂਲੇ ਵੈਸੇ ਸਾਜੀ ਕਿੱਦਾਂ ਤਿਆਰ ਕਰਨੇ ਸਿੱਖੇ ਤੁਸੀਂ ਇੱਦਾਂ ਦੂਲੇ ਮੈਂ ਬੜੇ ਕਸ਼ਟ ਕੱਟੇ ਆ ਬੜੀਆਂ ਕੜਾਈਆਂ ਦਿੱਤੀਆਂ ਬੜੇ ਮੈਂ ਤਪੱਸਿਆ ਕੀਤੀ ਆ ਵੀ ਦੂਲੇ ਕਿੱਦਾਂ ਉਸਤਾਦਾਂ ਕੋਲ ਕੰਮ ਸਿੱਖਿਆ ਫੇਸ ਵਾਸ਼ ਕਰਨਾ ਸਿੱਖ ਲਿਆ ਫੇਸ ਮਸਾਜ ਕਰਨਾ ਸਿੱਖ ਲਿਆ ਇਸ ਤਰ੍ਹਾਂ ਸਿੰਪਲ ਵਾਹ 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 ਤੁਸੀਂ ਅਮਲ ਨੇ ਜੁਮੀ ਹੁੰਦਾ ਤੁਸੀਂ ਬਾਰਬਰ ਨੇ ਜੁਮੀ ਹੋ ਸਾਜੀ ਯਾਰ ਤੂੰ ਹੱਥ ਸਹੀ ਮਾਰ ਤੂੰ ਹਾਂ ਇੱਕ ਮਿੰਟ ਹੈ ਬੇਟੇ ਬਾਰਬਰਾਂ 'ਚ ਮੇਰਾ ਉਹੀ ਮੁਕਾਮ ਆ ਜੋ ਬਾਦਸ਼ਾਹਾਂ ਦੇ ਵਿੱਚ ਜ਼ਹੀਰਉਦੀਨ ਬਾਰਬਰ ਦਾ ਮੁਕਾਮ ਨਹੀਂ ਸੀ ਹਾਜੀ ਬਾਰਬਰ ਇਹ ਨਾ ਗੱਲ ਕਰੀ ਦੀ ਹੁੰਦੀ ਸਰ ਜੀ ਵੇਖ ਲਓ ਨਾ ਜ਼ਿੰਦਗੀ ਦਾ ਮੌਤ ਦਾ ਕੋਈ ਪਤਾ ਹੁੰਦਾ ਅੱਜ ਤੁਸੀਂ ਬ੍ਰਾਂਚ ਖੋਲ ਕੇ ਦਿਓ ਤੇ ਕੱਲ ਨੂੰ ਤੁਸੀਂ ਨਾ ਰਵੋ ਤੇ ਬਾਅਦ 'ਚ ਮੈਂ ਚਲਾਵਾਂ ਓਏ ਫਿੱਟੇ ਮੂੰਹ ਤੇਰੇ ਮੂੰਹ 'ਚ ਖਾਕ ਬੇਟੇ ਜਿੱਦਾਂ ਤੂੰ ਜ਼ੁਬਾਨ ਚਲਾਉਂਦਾ ਇੱਦਾਂ ਕਿਤੇ ਉਸ ਤਰ੍ਹਾਂ ਚਲਾਵੇ ਨਾ ਤੂੰ ਚੰਗੀ ਦਿਹਾੜੀ ਪਾਵੇਂ ਲੇਕਿਨ ਮੇਰੀ ਗੱਲ ਸੁਣ ਲੈ ਹੁਣੀ ਮੇਰਾ ਰੰਗ ਚਿੱਟਾ ਹੋਣਾ ਚਾਹੀਦਾ ਜੀ ਠੀਕ ਹੈ ਆਹ ਮੇਰੀਆਂ ਨਾ ਲਾਲੀ 'ਚੋਂ ਗਲੀਆਂ ਆਉਣ ਲਾਲੀ ਓਏ ਗੱਲਾਂ 'ਚੋਂ ਲਾਲੀ ਅੱਛਾ ਤੂੰ ਰੰਗ ਚਿੱਟਾ ਕਰਾਉਣਾ ਨਹੀਂ ਗੱਲਾਂ ਲਾਲ ਕਰਾਉਣੀਆਂ ਮੈਂ ਤਜ਼ਾਰ ਨਾ ਫੀਲ ਕਰਾਣਾ ਤੇਰਾ ਨਹੀਂ ਨਹੀਂ ਗੱਲਾਂ ਮੇਰੀਆਂ ਲਾਲ ਹੋਣ ਅੱਖਾਂ ਮੇਰੀਆਂ ਨਾ ਇਹ ਸੋਹਣੀਆਂ ਹੋਣ ਤੇ ਗੱਲ ਸੁਣ ਲੈ ਤੂੰ ਰੁਪਈਆਂ ਵਾਲੋਂ ਨਹੀਂ ਟੈਨਸ਼ਨ ਆਣੀ ਰੁਪਈਏ ਤੂੰ ਮੇਰੇ ਵਿਆਹ ਤੇ ਲਟਾਣੇ ਹੀ ਦੁਨੀਆਂ ਨੂੰ ਪਤਾ ਲੱਗੇ ਕਿ ਯਾਰ ਕਦਨ ਹੈਗਾ ਵਾ ਪਹਿਲੇ ਇੱਥੇ ਦੇਣੇ ਆ ਫੇਰ ਅਗਲਾ ਕੰਮ ਹੋਣਾ ਇੱਥੇ ਤੂੰ ਦੇਣੇ ਆ ਬੁੜਾ ਇੰਤਜ਼ਾਰ ਕਰਦਾ ਆ ਜਾ ਆ ਜਾ ਮੈਨੂੰ ਛੇਤੀ ਤਿਆਰ ਕਰਾ ਦੇ ਓਏ ਇੱਧਰ ਆ ਜਾ ਓਏ ਆ ਜਾ ਮੈਂ ਹੀ ਸੀਗਾ ਯਾਰ ਅਸਲਾਮੁ ਅਲੈਕੁਮ ਵਾਲੇਕੁਮ ਸਲਾਮ ਓਏ ਭਾਈਨ ਅੱਜ ਦਾ ਟਾਈਮ ਸੀ ਤੁਹਾਡੇ ਨਾਲ ਦੁਲਹਾ ਤਿਆਰ ਕਰਾਉਣਾ ਤੇ ਦੁਲਹਾ ਕਿੱਥੇ ਭਾਜੀ ਆ ਮੈਂ ਪਾਣੀ ਲਈ ਮਸ਼ਕਲ ਹੀ ਫਿਰਦਾ ਇਹੀ ਦੁਲਹਾ ਵਾ ਭਾਜੀ ਮੇਰੀ ਸ਼ਾਦੀ ਭਾਜੀ ਤੇ ਉਹਨੇ ਪਾਇਆ ਕੀ ਆ ਇਹ ਡੀਜੀ ਖਾਨ ਦਾ ਕਿਤੇ ਟਰੱਕ ਵਾ ਭਾਜੀ ਮੇਰੀ ਸ਼ਾਦੀ ਸ਼ਾਦੀ ਅੱਛਾ ਲੜਾ ਤੂੰ ਆ ਹਾਂਜੀ ਦਰਵਾਜ਼ਾ ਲਾ ਕੇ ਆ ਪਹਿਲੇ ਚਲੋ ਓਏ ਯਾਰ ਤੁਸੀਂ ਤਮੀਜ਼ ਕਰੋ ਤੁਸੀਂ ਆਪ ਲਾਓ ਮੈਂ ਇਹਨਾਂ ਨੂੰ ਤੁਹਾਡਾ ਦੱਸ ਕੇ ਲਿਆ ਵੀ ਅੱਛੀ ਦੁਕਾਨ ਆ ਉੱਥੇ ਅੱਛੇ ਅੱਛੇ ਗਾਹਕ ਆਉਂਦੇ ਆ ਲੜਾ ਇਹ ਲੜਾ ਵਾ ਹਾਂਜੀ ਹਾਂਜੀ ਭਾਜੀ ਪੰਜਾਬੀਆਂ ਦੇ ਸਿਗਰਟ ਫੜ ਕੇ ਲਿਆ ਓਏ ਤੂੰ ਅੱਜ ਤੇ ਲਾੜਾ ਵਾ ਤੂੰ ਚੱਲ ਤੂੰ ਕੰਮ ਕਰ ਸਫਾਈ ਸੂਈ ਵਾਲੇ ਪਾਸ ਧਿਆਨ ਕਰ ਅੱਛਾ ਸਰ ਤੁਹਾਡਾ ਅੱਜ ਦਾ ਟਾਈਮ ਸੀ ਜੀ ਹਾਂਜੀ ਹਾਂਜੀ ਭਾਜੀ ਆਓ ਸਰ ਆਓ ਬਿਸਮਿਲ੍ਲਾ ਆਓ ਆਓ ਸਰ ਬੜੇ ਬੜੇ ਲਾੜੇ ਤਿਆਰ ਕੀਤੇ ਨੇ ਅਸੀਂ ਭਰਾ ਦਾ ਇਸ ਕਿਸਮ ਦਾ ਕੰਮ ਕਰਾਂਗੇ ਹਾਂ ਮੇਰੀ ਭਾਜੀ ਸ਼ਾਦੀ ਹੈ ਕੋਈ ਗੱਲ ਨਹੀਂ ਅੱਲਾ ਖੁਸ਼ੀਆਂ ਦਾ ਵੇਲਾ ਵਾ ਤੁਹਾਨੂੰ ਮਾਲਕ ਤੁਹਾਡੀ ਜ਼ਿੰਦਗਾਨੀ ਕਰੇ ਇੱਥੇ ਆਓ ਭਾਜੀ ਓ ਮੈਂ ਇਹੀ ਦੱਸਿਆ ਤੇਰੀ ਸ਼ਾਦੀ ਆ ਅੱਛਾ ਅੱਛਾ ਭਾਜੀ ਬਹਿ ਆ ਆਹ ਅੱਛਾ ਅੱਛਾ ਭਾਜੀ ਮੈਂ ਓਏ ਇੱਥੇ ਬਹਿਣਾ ਓਏ ਭਾਜੀ ਉੱਥੇ ਬਵੋ ਉੱਥੇ ਫੈਸਲ ਭਾਈ ਤੁਸੀਂ ਫਿਕਰ ਨਾ ਕਰੋ ਇਹ ਨੇ ਮਿੱਠਾ ਭਾਈ ਚੈਂਪੀਅਨ ਚੈਂਪੀਅਨ ਹਾਂ ਇਹ ਕੀ 올림픽 ਚ ਲਾੜੇ ਤਿਆਰ ਕਰਦੇ ਭਾਜੀ 올림픽 ਵਾਲਾ ਹਿਸਾਬ ਹੀ ਆ ਜਦੋਂ ਇੱਕ ਦਿਨ ਦੇ ਵਿੱਚ 32 ਲਾੜੇ ਤਿਆਰ ਕਰਨ ਦਾ ਆਲਮੀ ਰਿਕਾਰਡ ਮੇਰੇ ਕੋਲ ਆ ਗੈਂਗਸ ਬੁੱਕ ਚ ਮੇਰਾ ਨਾਮ ਆ ਹੈ ਗੈਂਗਸ ਬੁੱਕ ਤਾਂ ਜੀ ਗੈਂਗਸ ਉਹ ਛੋਟੂ ਗੈਂਗਸ ਬੁੱਕ ਨਾ ਕਹਿ ਦਿਓ ਗਨੇਸ਼ ਬੁੱਕ ਹੁੰਦਾ ਉਸਤਾਦ ਜੀ ਕਿਹੜੀ ਬੁੱਕ ਗਨੇਸ਼ ਬੁੱਕ ਅਗਲੇ ਨੂੰ ਗੱਲ ਵੀ ਨਾ ਸੁਣਾਈ ਯਾਰ ਤੂੰ ਤਾਂ ਕੋਲ ਕਿਉਂ ਕਿ
ਇੱਕ ਦਿਨ ਚ 32 ਲਾੜੇ ਮੇਰੇ ਉਸਤਾਦ ਦੀ ਤਾਜਪੋਸ਼ੀ ਕੀਤੀ ਆ ਬਾਰਬਰ ਐਸੋਸੀਏਸ਼ਨ ਵਾਲਿਆਂ ਨੇ। ਤੁਸੀਂ ਹਿਸਟਰੀ ਤੇ ਪੜ੍ਹ ਕੇ ਦੇਖੋ ਸਾਡਾ ਵੱਡਿਆਂ ਦਾ ਨਾਮ ਹੋਇਆ ਇਸ ਕੰਮ ਚ, ਆ ਵੀ ਲਾਉਣਾ ਉਸਤਰਿਆਂ ਦਾ ਹਾਰ ਪਾਇਆ ਉਹਨਾਂ ਗੱਲ ਚ। ਭਾਜੀ ਪਤਾ ਗੱਲ ਕੀ, ਮੈਂ ਚਾਹੁੰਦਾ ਮੇਰੀਆਂ ਗੱਲਾਂ ਨਾ ਲਾਲ ਹੋ ਜਾਣ, ਠੀਕ ਹੈ? ਬਾਂਦਰ ਬਣਨਾ ਚਾਹੁੰਦਾ ਤੂੰ? ਇੱਕ ਮਿੰਟ ਉਸਤਾਦ ਜੀ ਪਰਾਂ ਹੋਏ ਕੀ ਯਾਰ, ਮੈਂ ਤੁਹਾਡਾ ਨਾਂ ਦੱਸਿਆ ਉਹਨਾਂ ਨੂੰ, ਕੋਈ ਤਮੀਜ਼ ਕਰੋ ਤੁਸੀਂ। ਨਵੀਦ ਬੇਟਾ ਤੂੰ ਨਾ ਪੈਟੀ ਕੇਅਰ ਸ਼ੁਰੂ ਕਰ, ਕਾਹਦੇ ਨਾਲ ਲਾਲ ਕਰਨਾ ਜੀ ਤੁਸੀਂ ਮੇਰੇ ਕਹਿਣ ਦਾ? ਰੰਗ ਲਾਲ ਕਰਨ ਲਈ ਨਹੀਂ, ਇਹ ਪੈਡੀਕਿਓਰ 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 ਕੀ ਪੈਡੀ ਕਰ ਗਿਆ ਆ ਜੁੱਤੀ ਲਾ, ਮੈਂ ਤੁਹਾਨੂੰ ਦੱਸ। ਇੱਕ ਮਿੰਟ ਭਾਜੀ, ਦਰਅਸਲ ਇੱਕ ਮਿੰਟ ਮੇਰੀ ਗੱਲ ਤੇ ਸੁਣੋ। ਉਹ ਭਾਜੀ ਕੀ ਕਰਨ ਡਿਆ ਬੱਚਾ ਇਹ? ਭਾਜੀ ਇੱਕ ਮਿੰਟ ਕੀ ਕਰਨ ਡਿਆ ਭਾਜੀ? ਪਹਿਲਾਂ ਉਤਾਰੋ ਤੁਹਾਡੀ। ਨਹੀਂ ਭਾਜੀ ਆ ਕਿਉਂ ਭਾਜੀ? ਓਏ ਲਾ ਦੇ ਘੋੜੇ 'ਚ ਵੜ ਕੇ ਨੱਚਣ ਵਾਲੇ ਸੂਟ ਪਾਈ ਫਿਰਨਾ ਤੂੰ। ਆ ਦੁਲਹਾ ਡਰੈਸ ਲਾ ਦੇ, ਬਾਅਦ 'ਚ ਪਾ ਲਈ ਨਾ। ਮੇਰੀ ਗੱਲ ਸੁਣ, ਤੂੰ ਦਲੇਰ ਮਹਿੰਦੀ ਨਹੀਂ ਆ, ਕੈਸਾ ਲਿਬਾਸ ਪਾਇਆ ਵਾ, ਆ ਲਾ ਦਰਾ। ਭਾਜੀ ਮੈਂ ਆਣਾ ਆਪ ਲਾਉਂਗਾ ਭਾਜੀ। ਓ ਮੈਂ ਤੇਰਾ ਕਜ਼ਨ ਆ, ਲਾ ਦੇ। ਮੈਂ ਕਦੋਂ ਕਿਹਾ ਵੀ ਬੰਦੇ ਰੱਖੇ ਸੀ ਲਾਉਣ ਵਾਸਤੇ, ਤੁਸੀਂ ਲਾਉਣਾ? ਤੇਰੀ ਮਿਹਰਬਾਨੀ, ਅਗਲੇ ਬੰਦੇ ਨੂੰ ਸਾਡੇ ਲਾੜੇ ਹੋਰ ਵੀ ਸਾਨੂੰ ਆਰਡਰ ਬਹੁਤ ਆ ਭਾਈ, ਜਲਦੀ ਬਹੁਤ ਹੈ ਯਾਰ। ਅੱਛੇ ਤਰੀਕੇ ਨਾਲ ਤਿਆਰ ਮਿੱਠਾ ਚੈਂਪੀਅਨ, ਅੱਛੇ ਤਰੀਕੇ ਨਾਲ ਤਿਆਰ ਕਰੀ ਕੀ ਚੁੱਪੀ ਪੈ ਗਈ ਤੇਰੀ? ਕੀ ਗੋਤਾ ਗਿਆ? ਭਾਜੀ ਇਸ ਕਿਸਮ ਦਾ ਲਾੜਾ ਤਿਆਰ ਕਰਾਂਗਾ ਜੋ ਕਿ ਦੇਖਣਗੇ, ਬਲਕਿ ਤੁਹਾਨੂੰ ਤੁਹਾਡੀ ਮੰਗੇਤਰ ਜਿਹੜੀ ਤੁਹਾਡੀ ਬੀਬੀ ਹੋਣ ਵਾਲੀ ਭੁੱਲ ਜਾਏਗੀ ਕਿ ਇਹ ਕੌਣ ਹੈ। ਸਾਰੇ ਭੁੱਲ ਜਾਣ, ਮੈਂ ਵੀ ਭੁੱਲ ਜਾਵਾਂ। ਪਾਣੀ ਬਹੁਤ ਠੰਡਾ ਭਾਜੀ। ਉਹ ਯਾਰ ਤੌਲੀਆ ਕਿੱਥੇ, ਟਾਵਲ ਕਿੱਥੇ? ਕਰ ਲੋ ਮੈਂ ਤਿਆਰ। ਅੱਛਾ ਭਾਜੀ ਜਲਦੀ ਜਲਦੀ ਭਾਜੀ, ਹਨਾ ਉਹ ਸਦਾ ਬੰਦੀ ਹੈਗੀ ਸਰ। ਖੁਰੀਆਂ ਲਾ ਦਿਓ, ਅੱਡੀਆਂ ਬਹੁਤ ਮਾੜੀਆਂ ਵਾ ਭਾਜੀ। ਅੱਜ ਤੁਸੀਂ ਆਪਣਾ ਨਾ ਬੜੀ ਤਾਰੀਫ ਸੁਣੀ ਹੈ ਤੁਹਾਡੀ, ਅੱਜ ਤੁਸੀਂ ਆਪਣਾ ਬੈਸਟ ਦੇਣਾ ਵੇ। ਹਾਂ ਭਾਜੀ ਉਹ ਤੁਸੀਂ ਦੇਣਾ ਹੈ, ਮੇਰੇ ਮਤਲਬ ਆ ਤੁਸੀਂ ਬੇਫਿਕਰ ਹੋ ਜਾਓ, ਜੋ ਤੁਸੀਂ ਦੇਖੋਗੇ ਨਾ ਹਾਲ 'ਚ ਵੜੋਗੇ, ਉਹ ਪਛਾਣਨਗੇ ਕਿ ਲਾੜਾ ਕਿਹੜਾ ਹੈ। ਅੱਛਾ ਤੇ ਲੋਕ ਕੀ ਕਹਿਣਗੇ? ਹਾਂਜੀ ਭਾਜੀ ਤੁਸੀਂ ਬੇਫਿਕਰ ਹੋ ਜਾਓ, ਤੁਹਾਡਾ ਐਸਾ ਕੰਮ ਕਰ ਦਿਆਂਗਾ, ਲੋਕੀ ਕਹਿਣਗੇ ਮੁੰਡਾ ਹੀ ਕੋਈ ਹੋਰ ਹੈ। ਤੁਸੀਂ ਹਾਲ 'ਚ ਪੈਰ ਰੱਖਣਾ, ਲੋਕਾਂ ਕਹਿਣਾ ਬਾਹੂਬਲੀ ਆ ਗਿਆ, ਬਾਹੂਬਲੀ। ਕਮਲ ਵੀ ਤੋਜੋ ਕਰਨਾ। ਓਏ ਹਾਲ ਕਿਹੜੇ ਦੀ ਗੱਲ, ਤਮਸੀਲ ਹਾਲ ਦੀ ਗੱਲ ਕਰਨ ਦੇ ਕਿ ਮਨੋਰਬ ਹਾਲ ਦੀ? ਓ ਭਰਾਵਾ ਹਾਲ ਤੋਂ ਮੈਨੂੰ ਯਾਦ ਕਰਾਤਾ ਉਹਨਾਂ ਨੇ, 10 ਵਜੇ ਹੁਣ ਹਾਲ ਬੰਦ ਕਰ ਦੇਣਾ ਭਾਜੀ, ਛੇਤੀ ਕਰ ਲਓ, ਇੱਕ ਮਿੰਟ ਇੱਕ ਮਿੰਟ ਭਾਜੀ। ਉਹ ਤੁਹਾਡਾ ਫਿਟੇ ਹਾਲ ਤੇ ਭਾਜੀ। ਹਾਂਜੀ ਅੱਬਾ ਜੀ ਹੁਣ ਆਉਣ ਡਿਆ ਵਾ, ਮੈਂ ਤਿਆਰ ਹੋ ਕੇ ਆਉਣਾ ਵਾ ਮੈਂ ਹੁਣ। ਸਿਹਰਾਬੰਦੀ ਤੁਸੀਂ ਬਾਅਦ 'ਚ, ਸਿਹਰਾਬੰਦੀ ਸ਼ੁਰੂ ਹੋਣ ਲੱਗੀ ਹੈ ਯਾਰ। ਯਾਰ ਹੋਣ ਤਾਂ ਜਿਹਦੀ ਹੈਗੀ ਉਹਨੂੰ ਫਿਕਰ ਹੋਊਗਾ, ਤੇਰੀ ਤੇਰੀ ਨਹੀਂ ਹੈਗੀ। ਓਏ ਇਹਦੀ ਆ ਭਾਈ, ਯਾਰ ਮੇਰਾ ਖਿਆਲ ਹੈ ਟਾਵਲ ਥੋੜ੍ਹਾ ਜਿਹਾ ਨਾ ਇਹਨਾਂ ਦੀ ਸ਼ਾਇਨ ਨਿਸ਼ਾਨ ਨਹੀਂ, ਉਹ ਕੱਪੜਾ ਪਾ। ਸਰ ਜਦੋਂ ਤੁਹਾਨੂੰ ਬੈਸਟ ਦੇਣਾ ਹੈ ਨਾ, ਤੁਹਾਨੂੰ ਸ਼ਾਇਨ ਨਿਸ਼ਾਨ ਤੁਹਾਡੇ ਕੰਮ ਕਰਨਾ। ਮੈਂ ਕਹਿੰਦਾ ਲੋਕ ਬਣੀ ਤਰੀਫ ਇਹ ਤੁਹਾਨੂੰ ਕੱਪੜਾ ਪਾਉਣ ਦਾ ਗਿਆ ਸੀ, ਖੇ ਪਾਉਣ ਦਾ ਨਹੀਂ ਸੀ ਗਿਆ। ਓਏ ਕਿਸੇ ਨੇ ਵਿੱਚ ਪਾਊਡਰ ਲਗਾ ਕੇ ਰੱਖਿਆ ਸੀ ਯਾਰ, ਪਤਾ ਨਹੀਂ ਉਸਤਾਦ ਖੜਦਾ ਘਰ ਪਾਊਡਰ ਡੇਲੀ। ਓਏ ਕੀ ਦੁੱਲਾ ਜਿਹਾ ਬਣਾਤਾ ਇਹਨੂੰ, ਸਾਡਾ ਤਾਂ ਮੈਂ ਇੱਥੇ ਸਾਰੀ ਬੋਡੀ ਮਸਾਜ ਦੀ, ਬੋਡੀ ਮਸਾਜ ਦੀ ਅਸੈਸਰੀ ਸੀਗੀ ਮਟੀਰੀਅਲ, ਬੋਡੀ ਮਸਾਜ ਦਾ। ਸਰ ਬੇਫਿਕਰ ਹੋ ਜਾਓ, ਇਹ ਦੇਖੋ ਇਹ ਦੇਖੋ, ਇੱਕ ਨੰਬਰ ਮਸਾਜ ਦੀ ਕਰੀਮ ਬਾਹਰੋਂ ਲੈ ਕੇ ਆ, ਬਾਹਰਲੇ ਮੁਲਕੋਂ। ਫੁਹਾਰਾ ਮਾਰੀ ਜਦੋਂ ਕਮਾ, ਮਾਰ ਫੁਹਾਰਾ ਜਦੋਂ ਕਮਾ, ਜਦੋਂ ਕਮਾ ਉਦੋਂ ਮਾਰਨਾ। ਮੈਂ ਵੀ ਮਾਰ ਫੁਹਾਰਾ। ਉਹ ਬਕਾਇਦਾ ਕੰਬ, ਤੇਰਾ ਦਿਮਾਗ ਨੀ ਕੰਮ ਕਰਦਾ, ਕੀ ਹੋਇਆ ਹੁਣ? ਤੂੰ ਮੇਰੇ ਕੋਲ ਆਪਣਾ ਹਿਸਾਬ ਕਰਵਾ ਲੈ ਯਾਰ। ਉਸਤਾਦ ਤੇਰੀ ਮੰਨਾ ਤਾਂ ਵੀ ਇੱਦਾਂ ਦਾ, ਨਾ ਮੰਨਾ ਤਾਂ ਵੀ ਇੱਦਾਂ, ਹੁਣ ਤੂੰ ਕਿਹਾ ਫੁਹਾਰਾ ਮਾਰ ਮਾਰ ਦਿੱਤਾ। ਪਤਾ ਨਹੀਂ ਯਾਰ ਤੂੰ ਕਿੱਥੇ ਕੰਮ ਕਰਦਾ ਰਿਹਾ, ਮੈਨੂੰ ਤੇਰੀ ਸਮਝ ਨਹੀਂ ਆਉਂਦੀ। ਯਾਰ ਮੇਰੇ ਕਿਸੇ ਨੇ ਸ਼ਾਇ ਮਾਰੀ ਇੱਥੇ। ਉਹ ਤੇਰੇ ਦਬਾਅ ਪਿਆ ਵਾ, ਇਹ ਬਹੁਤ ਅੱਛਾ ਸਲੋਨ ਆ। ਓਏ ਮਾਰ ਫੁਹਾਰਾ ਆਪਣੇ ਵਿੱਚ ਆ ਜਾ, ਅੱਗੇ ਝਾਂਜਰ ਤੂੰ ਛਣਕਾ ਜਾ, ਸ਼ਾਬਾਸ਼ ਸ਼ਾਬਾਸ਼।
ਭਾਈ ਜਾਨ ਬੇਫਿਕਰ ਹੋ ਜਾਓ, ਤੁਹਾਡਾ ਕਜ਼ਨ ਤੁਹਾਨੂੰ ਸਹੀ ਜਗ੍ਹਾ 'ਤੇ ਲੈ ਆਇਆ। ਦੁਲੇ ਤਿਆਰ ਕਰਨ ਦੇ ਵਿੱਚ ਸਾਡੀ ਇੱਕ ਹਿਸਟਰੀ ਹੈ ਭਾਈ ਜਾਨ। ਅੱਛਾ ਜੀ, ਹਾਂਜੀ, ਤੁਹਾਡੇ ਵਾਲਦ ਸਾਹਿਬ ਦਾ ਵੀ ਸਲੋਨ ਸੀ? ਨਹੀਂ ਯਾਰ, ਉਹ ਹਕੀਮ ਸੀਗੇ। ਹਾਂ, ਅਤੇ ਦਾਦਾ ਜੀ ਵਿਚੋਲਾ ਸੀਗੇ, ਯਾਨੀ ਕਿ ਉਹ ਵੀ ਲਾੜੀ ਤਿਆਰ ਕਰਦੇ ਸੀ। ਵੱਡੇ ਭੈਣੋ ਜੀ ਦਾ ਫੋਨ ਆ ਗਿਆ, ਜਲਦੀ ਕਰ ਯਾਰ, 20 ਮਿੰਟ ਬਹੁਤ ਜ਼ਿਆਦਾ ਵਾ ਯਾਰ, ਸਿੱਧਾ ਬੰਦੀ ਹੋਣੀ ਹੈ ਯਾਰ ਇਹ। ਭਾਜੀ ਤੁਹਾਨੂੰ ਪਤਾ, ਅੱਛਾ ਕੰਮ ਕਰਨਾ, ਅੱਛਾ ਖਾਣਾ, ਅੱਛਾ ਪਾਣਾ ਲਾਣਾ, ਇਹ ਬੰਦੇ ਦੀ ਹੋਣੀ ਚਾਹੀਦੀ ਹੈ। ਤੁਹਾਡਾ ਕੰਮ ਸਾਰਾ ਅੱਛਾ ਕਰ ਦਿਆਂਗੇ। ਮਿੱਠਾ ਚੈਂਪੀਅਨ, ਤੂੰ ਇਹਦੇ ਪਾਊਡਰ ਹੀ ਮਲੀ ਜਾਣਾ ਯਾਰ। ਸਮਾਨ ਮੁੱਕਿਆ ਵਾ ਲਿਆਉਣ ਵਾਲਾ ਵਾ ਯਾਰ। ਹੁਣ ਮਾਰ ਫੁਹਾਰਾ, ਮਾਰ ਫੁਹਾਰਾ, ਫਿਰ ਪਿੱਛੇ ਆ ਜਾ ਯਾਰ। ਪਤਾ ਕੀ, ਮਾਰ ਮਾਰ ਮਾਰ, ਰੱਖ ਕੇ ਮਾਰ ਮਾਰ ਮਾਰ, ਖੜ ਜਾ ਇੱਧਰ ਆ ਕੇ, ਇੱਧਰ ਆ ਕੇ ਮਾਰ ਦੇ, ਮਾਰ ਦੇ, ਮਾਰ ਦੇ, ਮਾਰ ਦੇ, ਬਸ 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 ਬਈ। ਦਰਅਸਲ ਮੈਂ ਹਮੇਸ਼ਾ ਚਾਹੁੰਦਾ ਸੀਗਾ ਕਿ ਸ਼ਾਦੀ ਤੋਂ ਬਾਅਦ ਗੁਰਬਤ ਨਾ ਵੇਖਣੀ ਪਵੇ, ਕੁਛ ਬਣ ਜਾਈਏ, ਕੁਛ ਹਾਲਾਤ ਸਿੱਧੇ ਪੱਧਰੇ ਹੋ ਜਾਣ, ਕੁਛ ਜੋੜ ਲਈਏ। ਤੁਸੀਂ ਸੁਣਿਆ ਹੋਣਾ ਕਿ ਸਬਰ ਦਾ ਫਲ ਮਿੱਠਾ ਹੁੰਦਾ। ਹਾਂਜੀ ਹਾਂਜੀ, ਕੀ ਕੁੜੀ ਵਾਲੇ ਨਾਲ ਅੰਬ ਦੇ ਰਹੇ ਤੈਨੂੰ? ਓ ਇਹਨੇ ਅੰਬ ਲੈਣ ਨਹੀਂ ਜਾਣਾ ਉੱਥੇ, ਇਹਦਾ ਵਿਆਹ ਵਾ। ਇਹਨੇ ਗੱਲ ਕੀਤੀ ਇਹਦੇ ਮਾਰ ਫੁਹਾਰਾ। ਓ ਮੇਰੇ ਨਾਲ ਮਾਰੀ ਯਾਰ। ਅੱਛਾ, ਤੁਸੀਂ ਮਿੱਠਾ ਚੈਂਪੀਅਨ ਜੀ, ਸਾਰੀਆਂ ਕਰੀਮਾਂ ਪਾਣੀ 'ਚ ਪਾਈਆਂ, ਇਹਦੇ ਪਾਣੀ ਮਾਈ ਮਾਰੀ ਜਾਂਦੇ ਆ। ਭਾਜੀ ਪਾਣੀ ਦੇ ਨਾਲ ਬਾਡੀ ਜਿਹੜੀ ਹੈ ਨਾ, ਸਕਿਨ ਜਿਹੜੀ ਹੈ, ਇਹ ਨਰਮ ਹੁੰਦੀ ਬੰਦੇ ਦੀ, ਜਿਹੜੇ ਬਲੈਕ ਬਲੈਕ ਅਤੇ ਵਾਈਟ ਹੈਡ ਨਿਕਲ ਜਾਂਦੇ ਨੇ। ਇਹਦੇ ਕਬਰ 'ਚ ਪੈਣ ਦੇ ਦਿਨ ਸੀ, ਤੁਸੀਂ ਮਸਹਿਰੀ 'ਚ ਪਾਉਣ ਡੇ ਹੋ। ਭਾਜੀ ਮੈਂ, ਤੁਸੀਂ ਗੱਲ ਨਹੀਂ ਮੇਰੀ ਸਮਝਣ ਡੇ, ਤੁਸੀਂ ਸਿੱਧੇ ਤਰ੍ਹਾਂ ਸਮਝਾਓ। ਮਾਲਕ ਨੇ ਸਬਰ ਦਾ ਫਲ ਮੈਨੂੰ ਦਿੱਤਾ ਅਤੇ ਮੈਂ ਹਮੇਸ਼ਾ ਸਾਰੇ ਦੋਸਤਾਂ ਨੂੰ ਇਹੀ ਨਸੀਹਤ ਕਰਾਂਗਾ ਕਿ ਰਲ ਕੇ ਖਾਈਏ, ਕਿ ਪਹਿਲੇ ਕੁਛ ਬਣ ਜਾਓ, ਕੁਛ ਜੋੜ ਲਵੋ ਅਤੇ ਫਿਰ ਸ਼ਾਦੀ ਕਰ ਲਓ। ਕੁਛ ਜੁੜਿਆ ਭਾਜਨ? ਨਹੀਂ ਭਾਜੀ, ਜੁੜਿਆ ਕੁਛ ਤੇ ਫਿਰ ਸ਼ਾਦੀ ਕਦੋਂ ਕਰਨੇ? ਦਰਅਸਲ ਭਾਜੀ ਜਿਹੜੇ ਮੇਰੇ ਸਹੁਰੇ ਨੇ ਬਹੁਤ ਸੌਖੇ ਨੇ। ਅੱਛਾ ਜੀ, ਖਾਨਦਾਨੀ ਲੋਕ ਨੇ? ਹਾਂਜੀ। ਅੱਛਾ ਜੀ, ਇੰਨੇ ਸੌਖੇ ਨੇ ਭਾਈ? ਹਾਂਜੀ ਭਾਜੀ, ਬਹੁਤ ਸੌਖੇ ਲੋਕ ਨੇ, ਖਾਨਦਾਨੀ ਲੋਕ ਨੇ ਮਾਸ਼ਾਅੱਲਾ। ਤੇ ਤੁਹਾਨੂੰ ਰਿਸ਼ਤਾ ਕਦੋਂ ਦਿੱਤਾ ਉਹਨਾਂ ਨੇ? ਹੋਇਆ ਵੀ ਖਾਨਦਾਨੀ, ਤੂੰ ਇਹਨੂੰ ਕੀ ਸਮਝਦਾ ਵਾ? ਇਹ ਖਾਨਦਾਨੀ ਯੂਨਾਨੀ ਹਕੀਮ, ਤੂੰ ਸਿਰਫ ਇਹਦੀ ਮੈਲ ਦੇਖ ਕੇ ਕਹੀ ਜਾਣਾ ਵੀ ਕੱਖ ਨਹੀਂ। ਮੈਨੂੰ ਇੱਕ ਗੱਲ ਦੱਸ, ਸ਼ਾਮ ਨੂੰ ਤੂੰ ਖੂਹ ਤੇ ਜਾਣਾ, ਮੈਂ ਤੇਰਾ ਗਾਣਾ ਦੇਖਣਾ ਲੋਕਾਂ ਨੇ, ਤੂੰ ਐਦਾਂ ਕਰ। ਉਹਨੇ ਖੂਹ ਤੇ ਜਾਣਾ ਯਾਰ, ਉਹਦਾ ਵਿਆਹ ਵਾ, ਦੇਖ ਤਾਂ ਸਹੀ ਭਾਈ ਦਾ। ਉਸਤਾਦ ਜੀ, ਜਿਹੜਾ ਜਿਹੜਾ ਸਲਾਮੀ ਬਾਬੇ ਲਿਖੀ ਜਾਈ ਹਾਂ। ਠੀਕ ਹੈ ਠੀਕ। ਉਸਤਾਦ ਜੀ ਮੈਂ ਤਾਂ ਹੈਰਾਨ ਹਾਂ ਯਾਰ, ਇਸ ਉਮਰੇ ਵਿਆਹ ਨਹੀਂ ਚੰਗਾ, ਇਸ ਉਮਰੇ ਚੁੱਪ ਕਰਕੇ ਕਿਤੇ ਕਰਿਆਨੇ ਦੀ ਦੁਕਾਨ ਬਣਾ ਕੇ ਉੱਥੇ ਬਹਿ ਆਰਾਮ। ਪਹਿਲਾ ਵਿਆਹ ਵਾ, ਪਹਿਲਾ ਵਿਆਹ ਵਾ, ਇਸ ਉਮਰੇ ਨਹੀਂ ਚੰਗਾ, ਆਖਰੀ ਵੀ। ਸਿਆਣੇ ਕਹਿੰਦੇ ਇਸ ਉਮਰੇ ਵਿਆਹ ਤੇ ਟਰਾਲੀ ਤੇ ਲੱਗੀ ਟੇਪ ਲੋਕਾਂ ਵਾਸਤੇ ਹੁੰਦੀ ਆ। ਹਾਂ ਸਹੀ ਗੱਲ ਆ। ਓਏ ਮਾਮੂ ਦਾ ਫੋਨ ਆ ਗਿਆ। ਹੈਲੋ। ਓ ਮਾਮੂ ਜੀ, ਗਾਲਾਂ ਖਾਲੀ ਕੱਢੀ ਜਾਣ ਡਏ, 5 ਮਿੰਟ ਬਸ ਅਸੀਂ ਪਹੁੰਚ ਰਹੇ ਹਾਂ। ਓ ਯਾਰ ਮੇਰੀ ਗੱਲ ਸੁਣ, ਮਾਮੂ ਨੂੰ ਪੁੱਛੋ, 5 ਮਿੰਟ ਤੁਹਾਨੂੰ ਟਾਈਮ ਲੱਗ ਜਾਣਾ ਵਾ, ਉਹ ਲੇਟ ਵਾ, ਮੈਂ ਆ ਜਾਵਾਂ। ਓ ਤੁਸੀਂ ਮਾਮੂ ਜੀ ਇਸ ਤਰ੍ਹਾਂ ਕਰੋ, ਕਿਸੇ ਹੋਰ ਨੂੰ ਬਿਠਾ ਕੇ ਸੇਰਾਬੰਦੀ ਸ਼ੁਰੂ ਕਰਾਓ, ਅਸੀਂ ਤੁਹਾਡੇ ਕੋਲ ਪਹੁੰਚ ਰਹੇ ਹਾਂ। ਕੀ ਕਹਿਣ ਡਿਆ ਯਾਰ, ਇੰਜ ਹੁੰਦਾ ਭਲਾ? ਓ ਮਾਮੂ ਜੀ, ਖਾਲੀ ਗਾਲਾਂ ਕੱਢੀ ਜਾਂਦੇ, ਸਲਾਮੀਆਂ ਇਕੱਠੀਆਂ ਕਰਨੀਆਂ, ਇੱਥੇ ਕਿਸੇ ਹੋਰ ਨੂੰ ਬਿਠਾ ਕੇ ਕਰਾ ਲਓ। ਓ ਸਾਡੇ ਕੋਲ ਕਿਹੜਾ ਸਲਾਮੀਆਂ ਇਕੱਠੀਆਂ ਕਰਨ ਵਾਲਾ ਝਾੜੂ ਆ? ਬਸ ਆਏ ਮਾਮੂ ਜੀ, ਆਏ। ਗੱਲ ਸੁਣ, ਤੂੰ ਕਿੱਧਰ ਕਹਿਣੇ 5 ਮਿੰਟ ਲਈ ਮੈਂ ਚੱਲ ਜਾਂਦਾ, ਦੁਕਾਨ ਤੇਰੇ ਪਿਓ ਨੇ ਬੰਦ ਕਰਾਉਣੀ ਆ? ਨਹੀਂ, ਮੈਂ ਕਹਿੰਦਾ ਵੀ ਲਾੜਾ ਲੇਟ ਮੈਂ ਹੋ ਆਉਣਾ ਯਾਰ। ਇੱਦਾਂ ਲੋਕਾਂ ਦੇ ਜੱਗ ਦੇ ਲਾੜੇ ਲੇਟ ਹੋਣ ਕੇ ਤੂੰ ਜਾਇਆ ਕਰੂੰਗਾ? ਤੇ ਕੀ ਆ, ਮੈਂ ਮਾੜਾ ਵਾ? ਨਹੀਂ, ਤੈਨੂੰ ਰਾਤ ਨੂੰ ਜੇ ਤੇਰੀ ਅੰਮੀ ਛੱਡ ਕੇ ਗਈ, ਕੀ ਕਹੀਏ, ਸਿੱਧਾ ਘਰ ਲੈ ਕੇ ਆਉਣਾ, ਸਿੱਧਾ ਘਰੋਂ ਜਾਵੇ, ਸਿੱਧਾ ਘਰ ਆਵੇ, ਤੂੰ ਕਿੱਥੇ ਜਾਣ ਡਿਆ ਵਾ? ਤੂੰ ਆਪਣੇ ਵੱਲ ਲੈ ਜਾਣਾ ਉਸਤਾਦ, ਇਹ ਕਿਹੜੀ ਗੱਲ ਹੋਈ ਆ? ਹੁਣ ਤੂੰ ਮੇਰੀ ਅੰਮੀ ਨੇ ਕਿਹਾ ਸੀ ਆਪਣੇ ਵੱਲ ਛੱਡ ਕੇ ਆਉਣਾ। ਭਾਈ ਹੁਣ ਜਾਣ ਦੋ ਦੁਕਾਨ, ਮੈਂ ਬੰਦ ਕਰ ਦੂੰਗਾ। ਅੱਛਾ ਭਾਜੀ, ਲਿਪਸਟਿਕ ਤਾਂ ਲਵਾਓ, ਤੇਰਾ ਕੰਮ ਦਾ ਟਾਈਮ ਆ ਤੇਰਾ। ਭਾਜੀ ਮੈਂ ਨਾ, ਮੈਂ ਕਹਿੰਦਾ ਤੇਰਾ ਅਜੀਬ ਜਿਹਾ, ਯਾਨੀ ਕਿ ਸਿਸਟਮ, ਮੈਂ ਕਹਿੰਦਾ ਛੱਡ ਕੇ ਦੇਖੇ ਮੈਨੂੰ ਮਾਸ਼ਾਅੱਲਾ ਕਵੇ ਯਾਰ। ਭਾਜੀ ਉਸਤਾਦ, ਮੇਕਅਪ ਦੀ ਫਲੈਰੀ ਹੋ ਗਈ। ਇਹਦਾ ਦੇਖਣਾ, ਇਹਦਾ ਦੇਖਣਾ, ਇਹਦਾ ਦੇਖਣਾ, ਆਡੀਓ ਨੂੰ ਦਿਖਾ ਦੇ ਇਹ, ਤੇ ਇਹ ਦੱਸੋ ਭਾਜੀ ਹੁਣ ਇਹ ਸਹੀ ਹੈ ਕਿ ਇਹ ਸਹੀ ਹੈ? ਇਹ ਦੱਸ, ਇਹਦੇ 'ਚ ਦੇਖ ਕੇ ਕਿਹੜਾ ਸਹੀ ਹੈ, ਇੱਧਰ ਲਾ ਕੇ ਉੱਧਰ ਲਾ? ਇਹ ਤਾਂ ਲਾੜਾ 2-in-1 ਬਣਾਤਾ ਭਾਜੀ, ਆਹ ਸਹੀ ਹੈ। ਭਾਈ ਜਾਨ, ਤੁਸੀਂ ਇਹਦੇ ਕਜ਼ਨ ਹੋ, ਤੁਸੀਂ ਲਾੜਾ ਲੈ ਕੇ ਆਏ ਹੋ, ਤੇ ਤੁਸੀਂ ਕੱਲ ਨੂੰ ਗਵਾਹ ਰਹਿਣਾ ਵਾ, ਇਹਨੇ ਕਿਹਾ ਇਹ ਸਹੀ ਹੈ। ਹਾਂਜੀ ਬਿਲਕੁਲ, ਇਹਨੇ ਕਿਹਾ ਸਹੀ ਸਹੀ। ਮਾਰ ਫੁਹਾਰਾ ਭਾਜੀ, ਜਲਦੀ ਬਹੁਤ ਹੈਗੀ ਹੈ, ਮੈਂ ਜਾਣਾ। ਮਾਰ 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 ਫੁਹਾਰਾ, ਮਾਰ ਰੰਡੇ ਹੈਗੇ ਹੋ, ਕਰ ਸ਼ੁਰੂ ਜੀਰੋ ਤੋਂ। ਲਓ ਭਾਜੀ, ਹੁਣ ਕੀ ਹੋਇਆ? ਭਾਜੀ ਜਿਹੜਾ ਤੁਸੀਂ, ਤੁਹਾਨੂੰ ਪਹਿਲੇ ਸੈਂਪਲ ਪਸੰਦ ਕਰਾਇਆ, ਸੈਂਪਲ ਤੁਹਾਨੂੰ ਪਸੰਦ ਆ ਗਿਆ? ਕੀ ਕਹਿਣ ਡਿਆ ਯਾਰ, ਸੈਂਪਲ ਪਸੰਦ ਸੁਣ ਗਿਆ ਤੇਰੇ ਯਾਰ, ਮਾਮਾ ਗਾਲਾਂ ਕੱਢਣ ਡਿਆ, ਬੁੜਾ ਗਾਲਾਂ ਕੱਢਣ ਡਿਆ ਵਾ ਯਾਰ। ਆਹ ਦੇਖੋ ਤੁਹਾਡੀ ਜਲਦਬਾਜ਼ੀ ਨੇ ਨਾ, ਅਗਰ ਮੇਰੀ ਸੁਣੋ ਗੱਲ, ਮੈਂ ਤਾਂ ਕੰਮ ਕਰਦਾ ਤਸੱਲੀ ਬਖਸ਼, ਮੇਰੇ ਕੋਲ 4-4 ਦਿਨ ਲਾੜੇ ਰਹਿੰਦੇ ਦੁਕਾਨ ਤੇ, ਅਗਰ ਮਰੇ ਵੀ ਤੁਸੀਂ ਆਪਣੀ ਆਪਣੇ ਕੰਮ ਦੀ ਵਜ੍ਹਾ ਤੋਂ, ਮੰਨਾ ਆਪਣੇ ਟਾਈਮ ਦੀ ਵਜ੍ਹਾ ਤੋਂ। ਭਾਜੀ ਇਹਦੇ ਕੋਲ ਮਲਣਾ, ਮਲਣਾ ਮਲੀਦਾ ਨਹੀਂ ਹੁੰਦਾ, ਇਹ 10 ਦਿਨ ਬਾਅਦ ਮਲਣਾ ਤੁਸੀਂ।
ਇਹਦੇ ਕੋਲ ਲਾੜੇ ਚਾਰ ਚਾਰ ਦਿਨ ਰਹਿੰਦੇ ਨੇ, ਪਿਛਲੇ ਕਮਰੇ 'ਚ ਬੈੱਡ ਲਾਏ ਆ। ਭਾਅ ਜੀ ਗੱਲ ਸੁਣੋ, ਅਗਰ ਲਾੜੇ ਨੂੰ ਯਾਦ ਨਾ ਰਹੇ ਤੁਸੀਂ 10 ਦਿਨਾਂ ਬਾਅਦ ਤਾਂ ਸਾਰੀ ਕਰੀਮ ਆ ਮਿਲਣੀ ਆ। ਆ ਭਾਅ ਜੀ ਬਹੁਤ ਅੱਛਾ ਕੀਤਾ ਤੁਸੀਂ, ਬਹੁਤ ਚੰਗਾ ਕੀਤਾ। ਇਹਨੂੰ ਅੱਗ ਲੱਗੀ ਸੀ, ਗਰੂਰ ਬੜਾ ਸੀ ਨਾ ਆਪਣੀ ਫੂਕ 'ਤੇ, ਬੜਾ ਮਾਣ ਸੀ। ਮੰਨ ਗਿਆ ਤੇਰੀ ਫੂਕ ਨੂੰ, ਤੇ ਕਿੱਥੋਂ ਭਰਾਈ ਸੀ? ਚਾਚਾ ਜੀ ਗਾਲਾਂ ਗੰਦੀਆਂ, ਆ ਕਰੋ ਫੈਸਲ ਨਾ ਕਰੋ ਉਹਨਾਂ ਨੂੰ। ਬਾਜੀ ਤੁਸੀਂ ਹਾਲ 'ਚ ਪਹੁੰਚੋ, ਮੈਂ ਸਿੱਧਾ ਹਾਲ 'ਚ ਆ ਰਿਹਾ ਵਾਂ, ਕਿਉਂਕਿ ਹੈ ਨਾ ਬਾਜੀ ਮੈਂ ਤਿਆਰ ਹੋਣਾ ਤੇ ਫੇਰ ਹੀ ਆਉਣਾ। ਮੈਂ ਆਪੀ ਤੁਸੀਂ ਕਹਿਣ ਡੇ ਸੀ ਮੁਆਸ਼ਰਾ ਗੱਲਾਂ ਨਾ ਕਰੇ। ਭਾਜੀ ਬੋਲੋ ਨਾ, ਬੋਲੋ ਨਾ, ਬਸ 10 ਮਿੰਟ ਮੈਨੂੰ ਦੇ ਦਿਓ ਹੁਣ। ਭਾਜੀ ਤੁਸੀਂ ਜੰਜ ਲੈ ਕੇ ਹਾਲ 'ਚ ਪਹੁੰਚੋ। ਹਾਂਜੀ, ਅਤੇ ਮੈਂ ਸਿੱਧਾ ਹਾਲ 'ਚ ਆ ਰਿਹਾ ਵਾਂ, ਬਸ ਸਿਹਰਾ ਲੱਗਾ ਹੋਇਆ ਉਹ ਲੜ, ਠੀਕ ਹੋ ਗਿਆ, ਓਕੇ ਟੈਨਸ਼ਨ ਨਹੀਂ ਲੈਣੀ, ਮੈਂ ਆ ਰਿਹਾ ਭਾਜੀ, ਸਿੱਧਾ ਹਾਲ 'ਚ ਆ ਰਿਹਾ, ਚੱਲ ਜਾ। ਚੱਲ ਜਾਣਾ ਵਾ ਚੈਂਪੀਅਨ, ਸ਼ਾਵਰ ਮਾਰ ਲਓ, ਇਹਨੇ ਚੱਲ ਜਾਣਾ ਵਾ ਫੇਰ। ਬਸ ਥੋੜਾ ਜਿਹਾ ਮਸਕਾਰਾ ਜਿਹਾ ਰਹਿ ਗਿਆ, ਬਸ ਲੈ ਬਈ ਆਖਰੀ ਮਸਾਜ ਆ, ਆਖਰੀ ਹੱਲਾ ਇਹ ਦੇਖੋ, ਉਧਰ ਗੁਲਗੁਲਾ ਜਿਹਾ ਕੱਢ ਦਿਆਂਗੇ, ਖੁਰਮਾਨੀ ਟੈਪ ਲਓ ਪਈ ਜਾਣ। ਇੱਕ ਮਿੰਟ, ਮੇਰੇ ਤਾਂ ਮੱਖੀਆਂ ਬੈਠੀਆਂ ਵਾ, ਹੈ ਬਾਰ ਬਾਰ ਮਾਰੀ ਜਾਂਦੇ, ਯਾਰ ਕੀ ਕਰਨ ਡਿਆ, ਯਾਰ ਖਰਾਬ ਹੋਣ ਡਿਆ, ਉਹ ਸਬਜ਼ੀ ਆ ਵੀ ਇਹਨਾਂ ਫੁਹਾਰਾ ਮਾਰੀ ਜਾਂਦਾ। ਭਾਜੀ ਮੂੰਹ ਦੇ ਮਸਾਮ ਹੁਣ ਬਿਲਕੁਲ ਨਰਮ ਹੋ ਗਏ ਨੇ, ਖੁੱਲ੍ਹ ਗਏ ਨੇ, ਅਤੇ ਹੁਣ ਮੈਂ ਕੰਮ ਸ਼ੁਰੂ ਕਰਾਂਗਾ। ਹੈਂ, ਹੁਣ ਤੂੰ ਕੰਮ ਸ਼ੁਰੂ ਕਰਨਾ, ਮੇਰੇ ਬੁੜੇ ਨੇ ਮੈਨੂੰ ਗਾਲਾਂ ਕੱਢਣ ਡਿਆ ਹੈਗਾ ਵਾ, ਆਹ ਚਲੀ ਯਾਰ ਏਦਾਂ ਦੇ ਕਸਟਮਰਾਂ ਨਾਲ ਨਾ ਮੇਰਾ ਮੋਰਲ ਡਾਊਨ ਹੋ ਜਾਂਦਾ ਯਾਰ। ਚੱਲ ਤੂੰ ਦੁਕਾਨ ਬੰਦ ਕਰ, ਕਲੋਜ਼ਿੰਗ ਕਰ ਯਾਰ। ਕਦੀ ਕਲੋਜ਼ਿੰਗ ਕਰਦਾ, ਨਾਲ ਫੱਟਾ ਚੁੱਕ ਕੇ ਅੰਦਰ ਕਰਨਾ, ਕਲੋਜ਼ਿੰਗ ਕਲੋਜ਼ਿੰਗ ਹੋਰ ਕੀ ਆ ਬਾਹਰ? ਫੱਟਾ ਕਿਹੜਾ ਮਾਰ, ਨਾਲ ਸਬਜ਼ੀ ਵੀ ਲਾਉਂਦਾ ਮੈਂ, ਦੁਕਾਨ ਦੀ ਕਲੋਜ਼ਿੰਗ ਕਰ ਜਾ, ਤਾਲੇ ਲਾ। ਉਸਤਾਦ ਕਲੋਜ਼ਿੰਗ ਨੇ ਜਿਹੜੇ ਬਾਕੀਆਂ ਬੁਕਿੰਗਾਂ ਉਹਨਾਂ ਦਾ ਕੀ ਕਰਨਾ? ਲਾਣਤ ਪਾ ਉਹਨਾਂ 'ਤੇ ਵੀ, ਤੇ ਆਪਣੇ ਆਪ 'ਤੇ ਵੀ ਇੰਜ ਕਰਕੇ ਕਲੋਜ਼ਿੰਗ ਕਰੀਏ, ਮੇਰੀ ਮੈਂ ਸ਼ੀਸ਼ੇ ਦਾ ਨਹੀਂ ਪਾ ਦਿੰਦਾ। ਉੱਠ ਯਾਰ, ਕਰੀਏ ਕਲੋਜ਼ਿੰਗ ਯਾਰ। ਛੱਡਣਾ ਨਹੀਂ ਤੈਨੂੰ ਮੈਂ, ਤੇਰੀ ਬਗਾਵਤੀ ਕੀਤੀ ਤੁਸੀਂ, ਬਗਾਵਤੀ ਕੀਤੀ ਮੇਰਾ ਹੈ। ਓ ਆ ਕੀ ਕੀਤਾ? ਓ ਮੈਂ ਨਹੀਂ ਤਿਆਰ ਹੋਣਾ, ਮੈਂ ਛੱਡਣਾ ਨਹੀਂ ਤੁਹਾਨੂੰ ਕਿਸੇ ਨੂੰ ਵੀ। ਓ ਹੋਇਆ ਕੀ ਆ? ਤੁਹਾਡੀ ਵਜ੍ਹਾ ਤੋਂ ਬਰਾਤ ਮੇਰੀ ਲੇਟ ਹੋ ਗਈ। ਤੁਸੀਂ ਮੈਨੂੰ ਲੇਟ ਕਰਾਤਾ, ਅਗਲਿਆਂ ਨੇ ਕੁੜੀ ਕਿਤੇ ਹੋਰ ਵਿਆਹਤੀ।